आप किस लिए आए थे यहाँ पर? तस्वीरें मैं आपको यहाँ पर दिखाऊँ जरा लोग नीरज आपको तस्वीरें यहाँ पर दिखा रहे हैं यहाँ से कैसे लगातार जो कार्रवाई है वो आगे नहीं है डिटेन किया जा रहा है हटाया जा रहा है जिससे कि किसी भी तरीके ਜਥੇਬੰਦੀਆਂ ਦੇ ਆਗੂ ਪਹੁੰਚ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ ਬਸ ਉਸ ਦੇ ਉੱਤੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇੱਥੇ ਆ ਕੇ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਨੇ ਇੱਥੇ ਹੀ ਰੁਕਣ ਦਾ ਫੈਸਲਾ ਕਰਦੇ ਨੇ ਜਾਂ ਅੱਗੇ ਜਾਣ ਦਾ ਫੈਸਲਾ ਕਰਦੇ ਨੇ ਤਾਂ ਉਹ ਦੇਖਣਾ ਹੋਏਗਾ ਫਿਲਹਾਲ ਸਥਿਤੀ ਇਹੀ ਹੈ ਪਿੱਛੇ ਜੇ ਮੈਂ ਟਿਕਟ ਟਰਾਲੀਆਂ ਦਾ ਜ਼ਿਕਰ ਕਰਾਂ ਪਹਿਲਾਂ ਇਹ ਜ਼ਿਕਰ ਹੋ ਰਿਹਾ ਸੀ ਕਿ 100-150-200 ਦੇ ਆਸ ਪਾਸ ਹੈ ਪਰ ਫਿਲਹਾਲ ਜਿਵੇਂ ਪੰਕਜ ਦੱਸ ਰਹੇ ਨੇ ਤਾਂ ਗਿਣਤੀ ਤਾਂ ਕਰਨੀ ਵੀ ਮੁਸ਼ਕਿਲ ਹੈ ਔਰ 2020 ਵਾਲੀ ਤਸਵੀਰ ਹੈ ਕਿਉਂਕਿ ਹੁਣ ਤੱਕ ਇਹ ਹੋ ਰਿਹਾ ਸੀ ਕਿ ਭੰਦੇਰ ਸਿਰਫ ਅੱਗੇ ਵੱਧ ਰਹੇ ਨੇ ਡੱਲੇਵਾਲ ਉਹਨਾਂ ਦੇ ਨਾਲ ਨੇ ਉਹਨਾਂ ਦੇ ਨਾਲ ਉਗਰਾਹਾਂ ਨਹੀਂ ਉਹਨਾਂ ਦੇ ਨਾਲ ਰਾਜੇਵਾਲ ਨਹੀਂ ਉਹਨਾਂ ਦੇ ਨਾਲ ਦਰਸ਼ਨਪਾਲ ਨਹੀਂ ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਨਹੀਂ ਤਾਂ ਉਹ ਵੀ ਪਿੱਛੇ ਇੱਕ ਸਮਝਾਉਣ ਦੀ ਕੋਸ਼ਿਸ਼ ਹੈ ਪਰ ਗੱਲ ਇਹ ਹੈ ਕਿ ਇਹ ਕੋਸ਼ਿਸ਼ਾਂ ਹੁਣ ਗੱਲਬਾਤ ਦੇ ਜ਼ਰੀਏ ਕਿ ਅੱਗੇ ਵੱਧ ਸਕਦੀਆਂ ਨੇ ਜਾਂ ਇੱਥੇ ਹੀ ਕੋਈ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਜਾਏਗਾ ਹਰਿਆਣਾ ਵਾਲੇ ਚਾਹੁੰਦੇ ਹੀ ਨੇ ਕਿ ਬਸ ਇੱਥੇ ਤੱਕ ਤੁਸੀਂ ਆਓ ਪ੍ਰੋਟੈਸਟ ਕਰੋ ਕੋਈ ਦਿੱਕਤ ਨਹੀਂ ਹੈ ਇੱਥੋਂ ਅੱਗੇ ਨਾ ਵਧੋ ਹੁਣ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਅਸੀਂ ਇੱਥੇ ਤੱਕ ਨਹੀਂ ਆਵਾਂਗੇ ਬਲਕਿ ਇੱਥੋਂ ਅੱਗੇ ਵੀ ਜਾਵਾਂਗੇ ਤੇ ਇਹ ਦੋਵੇਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੈ ਕੱਲ ਵੀ ਜਦੋਂ ਮੈਂ ਅਨਾਊਂਸਮੈਂਟ ਸੁਣ ਰਿਹਾ ਸੀ ਅੱਜ ਸਵੇਰ ਵੀ ਅਨਾਊਂਸਮੈਂਟ ਸੁਣ ਰਿਹਾ ਤਾਂ ਉਹਨਾਂ ਦੀ ਅਨਾਊਂਸਮੈਂਟ ਵਾਰ ਵਾਰ ਇਹੀ ਜ਼ਿਕਰ ਕਰ ਰਹੀ ਹੈ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖੋ ਤੁਸੀਂ ਇੱਥੇ ਬੈਠ ਜਾਓ ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰੋ ਕੋਈ ਦਿੱਕਤ ਨਹੀਂ ਹੈ ਤਾਂ ਹਰਿਆਣਾ ਵਾਲੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰ ਰਹੇ ਹੋ ਤਾਂ ਸਾਨੂੰ ਕੋਈ ਦਿੱਕਤ ਨਹੀਂ ਜੇਕਰ ਤੁਸੀਂ ਇੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ ਬੈਰੀਕੇਡਸ ਜਿਹੜੇ ਲਗਾਏ ਗਏ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਫਿਰ ਦਿੱਕਤ ਹੋਏਗੀ ਧਾਰਾ 144 ਲਗਾਈ ਗਈ ਆਪਾਂ ਸਾਰੇ ਜਾਣਦੇ ਹਾਂ ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਬਿਲਕੁਲ ਅੰਬਾਲਾ ਇੱਥੋਂ ਸ਼ੁਰੂ ਹੋ ਜਾਂਦਾ ਹੈ ਕਰੀਬ ਕਰੀਬ ਹਰਿਆਣਾ ਦੀ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਤਾਂ ਇੱਕ ਤਰੀਕੇ ਦੀ ਸਥਿਤੀ ਹੈ ਮੈਂ ਆਪਣੇ ਰਾਈਟ ਹੈਂਡ ਸਾਈਡ ਦੇਖਾਂ ਅਤੇ ਲੈਫਟ ਹੈਂਡ ਸਾਈਡ ਦੇਖਾਂ ਤਾਂ ਬਹੁਤ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਭੀੜ ਤਾਂ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ ਉਸ ਵਾਲੇ ਪਾਸੇ ਤੋਂ ਲੋਕ ਅੱਗੇ ਵੱਧ ਰਹੇ ਨੇ ਟਰੈਕਟਰ ਟਰਾਲੀਆਂ ਪਹੁੰਚਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ ਇਨਫੈਕਟ ਮੈਂ ਦੇਖ ਪਾ ਰਹੀ ਹਾਂ ਕਿ ਬਹੁਤ ਸਾਰੀਆਂ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਪਹੁੰਚੇ ਨੇ ਅਤੇ ਕੁਝ ਨੇ ਆਪਣੀਆਂ ਟਰੈਕਟਰ ਟਰਾਲੀਆਂ ਪਿੱਛੇ ਹੀ ਰੋਕ ਕੇ ਇੱਕ ਜਿਵੇਂ ਆਪਣੀ ਲੋਕੇਸ਼ਨ ਲੱਭ ਲਈ ਕਿ ਠੀਕ ਆ ਅਸੀਂ ਇੱਥੇ ਆ ਕੇ ਰੁਕ ਰਹੇ ਹਾਂ ਅਸੀਂ ਇੱਥੇ ਰੁਕਾਂਗੇ ਦੇਖੋ ਅਲਰਟ ਪ੍ਰਸ਼ਾਸਨ ਦੇ ਦੋ ਤਰੀਕੇ ਨਾਲ ਹੈ ਇੱਕ ਤਾਂ ਪੰਜਾਬ ਵਾਲੇ ਪਾਸੇ ਆ ਔਰ ਦੂਜਾ ਹਰਿਆਣਾ ਵਾਲੇ ਪਾਸੇ ਹਰਿਆਣਾ ਵਾਲੇ ਪਾਸੇ ਦੀ ਅਲਰਟਨੈਸ ਆਪਾਂ ਪਿਛਲੇ 24-48 ਘੰਟੇ ਤੋਂ ਪ੍ਰੋਪਰ ਸਰਬ ਦਿਖਾ ਰਹੇ ਹਾਂ ਪਰ ਪੰਜਾਬ ਵਾਲੇ ਪਾਸੇ ਕੁਝ ਹੀ ਪਲ ਪਹਿਲਾਂ ਜਿਹੜੇ SSP ਨੇ ਪਟਿਆਲਾ ਜ਼ਿਲ੍ਹੇ ਦੇ ਉਹ ਇੱਥੇ ਆਏ ਸੀ ਇੱਕ ਮੁਆਇਨਾ ਕਰਕੇ ਇੱਥੋਂ ਨਿਕਲ ਗਏ ਯਾਨੀ ਕਿ ਕੋਈ ਇਹ ਨਹੀਂ ਹੈ ਕਿ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਹੈ ਕੋਈ ਬੈਰੀਕੇਡਿੰਗ ਕੀਤੀ ਗਈ ਹੈ
ਬਲਕਿ ਉਹ ਇੱਥੇ ਆਏ, ਇੱਥੇ ਓਬਜ਼ਰਵ ਕਰਕੇ ਕੀ ਕੁਝ ਹੋ ਰਿਹਾ ਹੈ, ਕਿੰਨੀ ਤਾਦਾਦ ਦੇ ਵਿੱਚ ਲੋਕ ਪਹੁੰਚ ਰਹੇ ਨੇ ਇੱਥੋਂ ਵਾਪਸ, ਫਿਰ ਦੁਬਾਰਾ ਉਹ ਚਲੇ ਗਏ। ਇਹ ਕੱਲ੍ਹ ਵੀ ਇਸ ਤਰੀਕੇ ਨਾਲ ਹੋਇਆ ਸੀ, SSP ਦੋ ਵਾਰ ਆਏ ਸੀ, ਉਸ ਤੋਂ ਬਾਅਦ ਚਲੇ ਗਏ, DC ਆਏ ਸੀ ਪਟਿਆਲਾ ਦੇ, ਉਹਨਾਂ ਦੇ ਵੱਲੋਂ ਮੁਆਇਨਾ ਕਰਕੇ ਚਲੇ ਗਏ। ਥੋੜ੍ਹੀ ਦੇਰ ਪਹਿਲਾਂ ਮੈਂ ਕਹਾਂ ਕਿ SP ਆਏ ਹੋਏ ਸੀ, ਉਹਨਾਂ ਦੇ ਵੱਲੋਂ ਮੁਆਇਨਾ ਕਰਕੇ ਉਹ ਵਾਪਸ ਚਲੇ ਗਏ। ਹੁਣ ਆਪਾਂ ਗੱਲ ਕਹੀਏ ਕਿ ਮੌਜੂਦਾ ਸਥਿਤੀ ਇਸ ਸਮੇਂ ਕੀ ਬਣ ਰਹੀ ਹੈ। ਤੁਸੀਂ ਦੇਖੋ ਜਿਹੜੇ ਦਿੱਲੀ ਵਾਲੇ ਪਾਸੇ ਨੂੰ ਰੋਡ ਜਾਂਦੀ ਹੈ, ਇਸ ਸਮੇਂ ਉਸ ਦੇ ਉੱਤੇ ਆਪਾਂ ਨੂੰ ਭੀੜ ਨਜ਼ਰ ਆ ਰਹੀ ਹੈ, ਔਰ ਬਿਲਕੁਲ ਬੈਰੀਕੇਡ ਦੇ ਅੱਗੇ ਤੱਕ ਜਿਹੜੇ ਨੌਜਵਾਨ ਨੇ ਉਹ ਪਹੁੰਚ ਗਏ ਨੇ। ਉਹ ਤਸਵੀਰਾਂ ਦੇ ਜ਼ਰੀਏ ਤੁਸੀਂ ਦੇਖ ਪਾ ਰਹੇ ਹੋਵੋਗੇ ਕਿ ਕਿਸ ਤਰੀਕੇ ਦੇ ਨਾਲ ਬਿਲਕੁਲ ਬੈਰੀਕੇਡ ਦੇ ਅੱਗੇ ਉਹ ਪਹੁੰਚੇ ਹੋਏ ਨੇ। ਹੁਣ ਤੋਂ ਕੁਝ ਮਿੰਟ ਪਹਿਲਾਂ ਜਿਹੜੇ ਹਰਿਆਣਾ ਦੇ ਜਵਾਨ ਨੇ ਉਹ ਉੱਥੋਂ ਅੱਗੇ ਆਏ, ਅਧਿਕਾਰੀ ਸੀ ਉਹਨਾਂ ਦੇ ਇੱਕ ਦੋ, ਉਹਨਾਂ ਨੇ ਆ ਕੇ ਇਹਨਾਂ ਦੇ ਨਾਲ ਗੱਲਬਾਤ ਕੀਤੀ। ਜਿਹੜੇ ਪ੍ਰਦਰਸ਼ਨਕਾਰੀ ਨੇ ਜਿਹੜੇ ਬੈਰੀਕੇਡ ਦੇ ਉੱਤੇ ਚੜ੍ਹ ਗਏ, ਸਲੈਬਾਂ ਦੇ ਉੱਤੇ ਆਲਰੇਡੀ ਚੜ੍ਹ ਗਏ ਸੀ, ਤਾਂ ਉਹ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਕੇ ਉੱਥੋਂ ਵਾਪਸ ਚਲੇ ਗਏ। ਖੈਰ ਇਹ ਸਮਝਾਉਣ ਦੀ ਕੋਸ਼ਿਸ਼ ਹੈ, ਪਰ ਗੱਲ ਇਹ ਹੈ ਕਿ ਇਹ ਕੋਸ਼ਿਸ਼ ਹੈ ਹੁਣ ਗੱਲਬਾਤ ਦੇ ਜ਼ਰੀਏ ਕਿ ਅੱਗੇ ਵੱਧ ਸਕਦੀਆਂ ਨੇ, ਇੱਥੇ ਹੀ ਕੋਈ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਜਾਏਗਾ। ਹਰਿਆਣਾ ਵਾਲੇ ਚਾਹੁੰਦੇ ਹੀ ਨੇ ਕਿ ਬਸ ਇੱਥੇ ਤੱਕ ਤੁਸੀਂ ਆਓ, ਪ੍ਰੋਟੈਸਟ ਕਰੋ, ਕੋਈ ਦਿੱਕਤ ਨਹੀਂ ਹੈ, ਇੱਥੋਂ ਅੱਗੇ ਨਾ ਵਧੋ। ਹੁਣ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਚਾਹੁੰਦੇ ਨੇ ਕਿ ਅਸੀਂ ਇੱਥੇ ਤੱਕ ਨਹੀਂ ਆਵਾਂਗੇ, ਬਲਕਿ ਇੱਥੋਂ ਅੱਗੇ ਵੀ ਜਾਵਾਂਗੇ। ਤਾਂ ਇਹ ਦੋਵੇਂ ਚੀਜ਼ਾਂ ਦੇ ਵਿੱਚ ਬਹੁਤ ਫਰਕ ਹੈ। ਕੱਲ੍ਹ ਵੀ ਜਦੋਂ ਮੈਂ ਅਨਾਊਂਸਮੈਂਟ ਸੁਣ ਰਿਹਾ ਸੀ, ਅੱਜ ਸਵੇਰ ਵੀ ਅਨਾਊਂਸਮੈਂਟ ਸੁਣ ਰਿਹਾ, ਤਾਂ ਉਹਨਾਂ ਦੀ ਅਨਾਊਂਸਮੈਂਟ ਵਾਰ ਵਾਰ ਇਹੀ ਜ਼ਿਕਰ ਕਰ ਰਹੀ ਹੈ ਕਿ ਤੁਸੀਂ ਸ਼ਾਂਤੀ ਬਣਾ ਕੇ ਰੱਖੋ, ਤੁਸੀਂ ਇੱਥੇ ਬੈਠ ਜਾਓ, ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰੋ, ਕੋਈ ਦਿੱਕਤ ਨਹੀਂ ਹੈ। ਤਾਂ ਹਰਿਆਣਾ ਵਾਲੇ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਜੇ ਤੁਸੀਂ ਇੱਥੇ ਬੈਠ ਕੇ ਪ੍ਰੋਟੈਸਟ ਕਰ ਰਹੇ ਹੋ ਤਾਂ ਸਾਨੂੰ ਕੋਈ ਦਿੱਕਤ ਨਹੀਂ, ਜੇਕਰ ਤੁਸੀਂ ਇੱਥੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਹੋ, ਬੈਰੀਕੇਡਸ ਜਿਹੜੇ ਲਗਾਏ ਗਏ ਨੇ ਉਹਨਾਂ ਨੂੰ ਹਟਾਉਣ ਦੀ ਕੋਸ਼ਿਸ਼ ਕਰਦੇ ਹੋ, ਤਾਂ ਫਿਰ ਦਿੱਕਤ ਹੋਏਗੀ। ਧਾਰਾ 144 ਲਗਾਈ ਗਈ ਹੈ, ਆਪਾਂ ਸਾਰੇ ਜਾਣਦੇ ਹਾਂ, ਹਰਿਆਣਾ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ, ਔਰ ਬਿਲਕੁਲ ਅੰਬਾਲਾ ਇੱਥੋਂ ਸ਼ੁਰੂ ਹੋ ਜਾਂਦਾ ਹੈ, ਕਰੀਬ ਕਰੀਬ ਹਰਿਆਣਾ ਦੀ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ। ਤਾਂ ਇੱਕ ਤਰੀਕੇ ਦੀ ਸਥਿਤੀ ਹੈ। ਮੈਂ ਆਪਣੇ ਰਾਈਟ ਹੈਂਡ ਸਾਈਡ ਦੇਖਾਂ ਅਤੇ ਲੈਫਟ ਹੈਂਡ ਸਾਈਡ ਦੇਖਾਂ ਤਾਂ ਬਹੁਤ ਇਸ ਸਮੇਂ ਤੁਸੀਂ ਕਹਿ ਸਕਦੇ ਹੋ ਕਿ ਭੀੜ ਤਾਂ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਉਸ ਵਾਲੇ ਪਾਸੇ ਤੋਂ ਲੋਕ ਅੱਗੇ ਵੱਧ ਰਹੇ ਨੇ, ਟਰੈਕਟਰ ਟਰਾਲੀਆਂ ਪਹੁੰਚਣੀਆਂ ਇੱਥੇ ਸ਼ੁਰੂ ਹੋ ਗਈਆਂ ਨੇ। ਇਨਫੈਕਟ ਮੈਂ ਦੇਖ ਪਾ ਰਹੀ ਹਾਂ ਕਿ ਬਹੁਤ ਸਾਰੀਆਂ ਜਿਹੜੇ ਜਥੇਬੰਦੀਆਂ ਦੇ ਆਗੂ ਨੇ ਪਹੁੰਚੇ ਨੇ, ਅਤੇ ਕੁਝ ਨੇ ਆਪਣੀਆਂ ਟਰੈਕਟਰ ਟਰਾਲੀਆਂ ਪਿੱਛੇ ਹੀ ਰੋਕ ਕੇ ਇੱਕ ਜਿਵੇਂ ਆਪਣੀ ਲੋਕੇਸ਼ਨ ਲੱਭ ਲਈ ਕਿ ਠੀਕ ਆ, ਅਸੀਂ ਇੱਥੇ ਆ ਕੇ ਰੁਕ ਰਹੇ ਹਾਂ, ਅਸੀਂ ਇੱਥੇ ਰੁਕਾਂਗੇ। ਤਾਂ ਉਸ ਤਰੀਕੇ ਦੇ ਨਾਲ ਵੀ ਇੱਥੇ ਸਾਨੂੰ ਨਜ਼ਰ ਆ ਰਹੇ ਨੇ, ਜੋ ਪੰਕਜ ਦਿਖਾ ਰਹੇ ਸੀ ਜਿੱਥੋਂ ਨਿਕਲੇ ਨੇ 15-20 ਮਿੰਟ ਪਹਿਲਾਂ, 25 ਮਿੰਟ ਪਹਿਲਾਂ ਉੱਥੋਂ, ਤਾਂ ਇੱਥੇ ਅਗਲੇ 15-20 ਮਿੰਟ ਦੇ ਵਿੱਚ ਉਹ ਪੂਰੇ ਕਾਫਲੇ ਦੀ ਉਮੀਦ ਹੈ ਕਿ ਪਹੁੰਚ ਜਾਏਗੀ। ਔਰ ਉਸ ਕਾਫਲੇ ਦੇ ਪਹੁੰਚਣ ਤੋਂ ਬਾਅਦ ਇੱਥੇ ਜਦੋਂ ਅਗਲੇ 1.5 ਘੰਟੇ ਦੇ ਵਿੱਚ 2 ਘੰਟੇ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਇੱਥੇ ਲੋਕ ਪਹੁੰਚ ਗਏ, ਜਥੇਬੰਦੀਆਂ ਦੇ ਆਗੂ ਪਹੁੰਚ ਗਏ, ਅਤੇ ਉਸ ਤੋਂ ਬਾਅਦ ਉਹਨਾਂ ਦਾ ਅਗਲਾ ਸਟੈਪ ਕੀ ਹੋਏਗਾ, ਬਸ ਉਸ ਦੇ ਉੱਤੇ ਹੁਣ ਸਭਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਇੱਥੇ ਆ ਕੇ ਉਹ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਨੇ, ਇੱਥੇ ਰੁਕਣ ਦਾ ਫੈਸਲਾ ਕਰਦੇ ਨੇ ਜਾਂ ਅੱਗੇ ਜਾਣ ਦਾ ਫੈਸਲਾ ਕਰਦੇ ਨੇ, ਤਾਂ ਉਹ ਦੇਖਣਾ ਹੋਏਗਾ। ਫਿਲਹਾਲ ਸਥਿਤੀ ਇਹੀ ਹੈ। ਪਿੱਛੇ ਜੇ ਮੈਂ ਟਰੈਕਟਰ ਟਰਾਲੀਆਂ ਦਾ ਜ਼ਿਕਰ ਕਰਾਂ, ਪਹਿਲਾਂ ਇਹ ਜ਼ਿਕਰ ਹੋ ਰਿਹਾ ਸੀ ਕਿ 100-150-200 ਦੇ ਆਸ ਪਾਸ ਹੈ, ਪਰ ਫਿਲਹਾਲ ਜਿਵੇਂ ਪੰਕਜ ਦੱਸ ਰਹੇ ਨੇ ਤਾਂ ਗਿਣਤੀ ਤਾਂ ਕਰਨੀ ਵੀ ਮੁਸ਼ਕਿਲ ਹੈ, ਔਰ 2020 ਵਾਲੀ ਤਸਵੀਰ ਹੈ, ਕਿਉਂਕਿ ਹੁਣ ਤੱਕ ਇਹ ਹੋ ਰਿਹਾ ਸੀ ਕਿ ਪੰਧੇਰ ਸਿਰਫ ਅੱਗੇ ਵੱਧ ਰਹੇ ਨੇ, ਡੱਲੇਵਾਲ ਉਹਨਾਂ ਦੇ ਨਾਲ ਨੇ, ਉਹਨਾਂ ਦੇ ਨਾਲ ਉਗਰਾਹਾਂ ਨਹੀਂ, ਉਹਨਾਂ ਦੇ ਨਾਲ ਰਾਜੇਵਾਲ ਨਹੀਂ, ਉਹਨਾਂ ਦੇ ਨਾਲ ਦਰਸ਼ਨਪਾਲ ਨਹੀਂ, ਉਹਨਾਂ ਦੇ ਨਾਲ ਹੋਰ ਜਥੇਬੰਦੀਆਂ ਨਹੀਂ, ਤਾਂ ਉਹ ਵੀ ਪਿੱਛੇ ਇੱਕ ਪਿੱਛੇ ਰਹਿੰਦੀ ਹੋਈ ਨਜ਼ਰ ਆ ਰਹੀ ਹੈ। ਔਰ ਜੋ ਹਾਲਾਤ ਬਣ ਰਹੇ ਨੇ, ਇਹ ਵੀ ਹੋ ਸਕਦਾ ਕਿ ਬਾਕੀ ਜਥੇਬੰਦੀਆਂ ਨੂੰ ਵੀ ਅੱਗੇ ਕੂਚ ਕਰਨ ਦਾ ਐਲਾਨ ਕਰਨਾ ਪਵੇ। ਮੈਂ ਇੱਕ ਹੋਰ ਇੰਟਰਸਟਿੰਗ ਫੈਕਟ ਜੇ ਦੱਸਾਂ ਕਿ 2020 ਦੇ ਵਿੱਚ ਉਗਰਾਹਾਂ ਜਥੇਬੰਦੀ ਨੇ ਡਿਸਾਈਡ ਕੀਤਾ ਕਿ ਅਸੀਂ ਖਨੌਰੀ ਬਾਰਡਰ ਦੇ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਾਂਗੇ, ਪਰ ਉਸ ਤੋਂ ਬਾਅਦ ਕੀ ਹੋਇਆ ਕਿ ਪੈਰਲਰ ਸ਼ੰਭੂ ਬਾਰਡਰ ਤੋਂ ਅੱਗੇ ਵੱਧ ਗਏ ਕਿਸਾਨ, ਅਤੇ ਅੱਗੇ ਜਿਹੜੇ ਟਿਕੈਤ ਸੀ, ਮਾਫੀ ਚਾਹੂੰਗਾ, ਚੜੂਨੀ ਸੀ, ਉਹਨਾਂ ਦੇ ਵੱਲੋਂ ਵੀ ਬੈਰੀਕੇਡ ਤੋੜ ਕੇ ਅੱਗੇ ਵਧੇ ਗਏ। ਤਾਂ ਫਿਰ ਉਗਰਾਹਾਂ ਜਥੇਬੰਦੀ ਦੇ ਨਾਲ ਜਿਹੜੇ ਵਰਕਰ ਜੁੜੇ ਹੋਏ ਸੀ, ਉਹਨਾਂ ਨੂੰ ਰੋਕਣਾ ਜਥੇਬੰਦੀ ਦੇ ਆਗੂਆਂ ਦੇ ਲਈ ਮੁਸ਼ਕਿਲ ਹੋ ਗਿਆ। ਇਸ ਕਰਕੇ ਉਹਨਾਂ ਨੂੰ ਡਿਸਾਈਡ ਕਰਨਾ ਪਿਆ ਕਿ ਠੀਕ ਹੈ, ਅਸੀਂ ਵੀ ਅੱਗੇ ਕੂਚ ਕਰਾਂਗੇ, ਅਸੀਂ ਵੀ ਅੱਗੇ ਜਾਵਾਂਗੇ, ਅਸੀਂ ਦਿੱਲੀ ਵਾਲੇ ਪਾਸੇ ਕੂਚ ਕਰਾਂਗੇ। ਤਾਂ ਉਹ ਅੱਗੇ ਵੱਧਦੇ ਹੋਏ ਟਿੱਕਰੀ ਬਾਰਡਰ ਤੱਕ ਪਹੁੰਚੇ। ਮੇਰਾ ਪੁਆਇੰਟ ਇੱਥੇ ਇਹ ਹੈ
ਕਿ ਜਥੇਬੰਦੀਆਂ ਜਿਹੜੀਆਂ ਅੱਜ ਕਿਨਾਰਾ ਕਰਕੇ ਬੈਠੀਆਂ ਨੇ, ਜੇ ਇੱਥੇ ਪ੍ਰੋਟੈਸਟ ਹੁੰਦੇ ਨੇ, ਇੱਥੇ ਇੱਕ ਇੱਕ ਮੋਸ਼ਨ ਆ ਕੇ ਜੁੜ ਜਾਂਦਾ ਹੈ, ਇੱਕ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਪਹੁੰਚ ਜਾਂਦੇ ਨੇ, ਤਸਵੀਰਾਂ ਵੀਡੀਓਜ਼ ਪੂਰੇ ਪੰਜਾਬ ਤੱਕ ਪਹੁੰਚ ਰਹੀਆਂ ਨੇ, ਥੋੜ੍ਹੀ ਦੇਰ ਦੇ ਵਿੱਚ ਹੋਰ ਤਸਵੀਰਾਂ ਲਾਜ਼ਮੀ ਤੌਰ 'ਤੇ ਪਹੁੰਚਣਗੀਆਂ, ਤਾਂ ਤੁਸੀਂ ਇਹ ਸੋਚ ਸਕਦੇ ਹੋ ਕਿ ਬਾਕੀ ਜਥੇਬੰਦੀਆਂ ਨੂੰ ਕੋਈ ਨਾ ਕੋਈ ਡਿਸਾਈਡ ਡਿਸੀਜ਼ਨ ਲੈਣਾ ਪੈ ਸਕਦਾ ਹੈ, ਉਹ ਹੁਣ ਕੀ ਹੋਏਗਾ, ਉਹ ਆਪਣੇ ਪੁਆਇੰਟ ਦੇ ਉੱਤੇ ਅੜੇ ਰਹਿੰਦੇ ਨੇ, ਜਾਂ ਫਿਰ ਉਹਨਾਂ ਦੇ ਵੱਲੋਂ ਡਿਸਾਈਡ ਕੀਤਾ ਜਾਂਦਾ ਕਿ ਠੀਕ ਹੈ ਅਸੀਂ ਨਹੀਂ ਸ਼ਾਮਿਲ ਹੋਵਾਂਗੇ ਪ੍ਰੋਟੈਸਟ ਦੇ ਵਿੱਚ, ਤਾਂ ਉਹ ਥੋੜ੍ਹਾ ਜਿਹਾ ਸਮਾਂ ਆਉਣ ਵਾਲਾ ਦੱਸੇਗਾ। ਫਿਲਹਾਲ ਦੀ ਮੈਂ ਤਸਵੀਰ ਤੁਹਾਨੂੰ ਦਿਖਾ ਰਿਹਾ, ਅਜੇ ਜੇਕਰ ਦਿਖਾ ਸਕੋ ਇੱਕ ਵਾਰ ਫਿਰ ਤੋਂ, ਰਾਈਟ ਹੈਂਡ ਸਾਈਡ ਜਿਹੜੀ ਦਿੱਲੀ ਨੂੰ ਜਾਣ ਵਾਲੀ ਰੋਡ ਹੈ, ਉਸ ਰੋਡ ਦੇ ਉੱਤੇ ਇਸ ਸਮੇਂ ਜਿਹੜੇ ਪ੍ਰਦਰਸ਼ਨਕਾਰੀ ਡਟੇ ਹੋਏ ਨਜ਼ਰ ਆ ਰਹੇ ਨੇ, ਔਰ ਦੂਜੇ ਪਾਸੇ ਪਿੱਛੇ ਤੱਕ ਬਹੁਤ ਸਾਰੇ ਪੈਦਲ ਲੋਕ ਆ ਰਹੇ ਨੇ ਜਾ ਰਹੇ ਨੇ। ਫਿਲਹਾਲ ਦੀ ਇਹ ਸਥਿਤੀ ਹੈ, ਥੋੜ੍ਹੀ ਦੇਰ ਦੇ ਵਿੱਚ ਜਦੋਂ ਟਿਕਟ ਟਰਾਲੀਆਂ ਇੱਥੇ ਪਹੁੰਚਣਗੀਆਂ ਤਾਂ ਫਿਰ ਪਿਕਚਰ ਜ਼ਿਆਦਾ ਕਲੀਅਰ ਹੋਣ ਦੀ ਉਮੀਦ ਹੈ ਕਿ ਇੱਥੇ ਹਾਲਾਤ ਬਣਦੇ ਨੇ। ਫੈਬਰੇਰੀ ਦੇ ਐਂਡ ਦੇ ਵਿੱਚ ਜਾਂ ਮਾਰਚ ਦੇ ਪਹਿਲੇ ਹਫ਼ਤੇ ਦੇ ਵਿੱਚ ਲੋਕ ਸਭਾ ਇਲੈਕਸ਼ਨ ਅਨਾਊਂਸ ਹੋ ਜਾਣਗੇ, ਕੋਡ ਆਫ ਕੰਡਕਟ ਲੱਗ ਜਾਏਗਾ, ਅਤੇ ਉਸ ਤੋਂ ਬਾਅਦ ਕੋਈ ਅਨਾਊਂਸਮੈਂਟ ਕਰਨੀ ਵੀ ਸਰਕਾਰ ਦੇ ਲਈ ਮੁਸ਼ਕਿਲ ਹੋ ਜਾਏਗੀ, ਤਾਂ ਫਿਰ ਤਾਂ ਉਸ ਤੋਂ ਬਾਅਦ ਜਿਹੜੀ ਨਵੀਂ ਸਰਕਾਰ ਬਣੇਗੀ ਉਹੀ ਡਿਸਾਈਡ ਕਰ ਸਕੇਗੀ ਕਿ ਆਖਿਰ ਕੀ ਹੋਣਾ ਚਾਹੀਦਾ ਹੈ ਜਾਂ ਕੀ ਕਿਸਾਨਾਂ ਦੇ ਲਈ ਹੋਣਾ ਚਾਹੀਦਾ। ਦੇਖੋ ਮੈਂ ਅੱਗੇ ਦਿਖਾਉਣਾ ਤੁਹਾਨੂੰ, ਇਸ ਅਨਾਊਂਸਮੈਂਟ ਹੋ ਰਹੀ ਹੈ, ਆਪਾਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ, ਅਨਾਊਂਸਮੈਂਟ ਹੋ ਰਹੀ ਹੈ। ਇਸ ਸਮੇਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਜਿਹੜੇ ਲੋਕ ਅੱਗੇ ਪਹੁੰਚੇ ਹੋਏ ਨੇ ਬੈਰੀਕੇਡ ਦੇ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰ ਰਹੇ ਨੇ, ਸਲੈਬ ਦੇ ਉੱਤੇ ਆ ਕੇ, ਜਾਂ ਘੱਗਰ ਦੇ ਪੁਲ ਦੇ ਉੱਤੇ ਜਿਹੜੀ ਰੇਲਿੰਗ ਬਣੀ ਹੁੰਦੀ ਹੈ ਉਹਦੇ ਉੱਤੇ ਵੀ ਆ ਕੇ ਬੈਠੇ ਹੋਏ ਨੇ। ਤਸਵੀਰਾਂ ਅਜੇ ਇੱਧਰ ਵੀ ਤਸਵੀਰਾਂ ਦਿਖਾਇਓ ਤੁਸੀਂ ਕਿ ਇੱਧਰ ਜਿਹੜੇ ਸਲੈਬਸ ਦੇ ਉੱਤੇ ਬੈਠੇ ਹੋਏ ਨੇ ਉਹਨਾਂ ਦੇ ਵੱਲੋਂ ਉੱਥੇ ਬੈਰੀਕੇਡ ਦੇ ਉੱਤੇ ਚੜ੍ਹਿਆ ਜਾ ਰਿਹਾ, ਤਾਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਪਿੱਛੇ ਹਟ ਜਾਓ, ਤੁਸੀਂ ਬੈਰੀਕੇਡ ਦੇ ਉੱਤੇ ਨਾ ਖੜੋ, ਨਾ ਪਿੱਛੇ ਰਹੋ। ਤਾਂ ਇਹ ਅਨਾਊਂਸਮੈਂਟ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ, ਇਸ ਤਰੀਕੇ ਦੀ ਅਨਾਊਂਸਮੈਂਟ ਲਗਾਤਾਰ ਕੀਤੀ ਜਾ ਰਹੀ ਹੈ ਕਿ ਤੁਸੀਂ ਪਿੱਛੇ ਰਹਿ ਕੇ ਜਿਹੜਾ ਪ੍ਰੋਟੈਸਟ ਕਰਨਾ ਕਰਦੇ ਰਹੋ, ਤੁਸੀਂ ਉਸ ਤੋਂ ਅੱਗੇ ਨਾ ਵਧੋ। ਤਾਂ ਉਹ ਤਸਵੀਰਾਂ ਹੈਗੀਆਂ ਨੇ, ਜਿਹੜੇ ਇੱਥੇ ਅਧਿਕਾਰੀ ਪਹੁੰਚੇ ਹੋਏ ਨੇ ਹਰਿਆਣਾ ਪੁਲਿਸ ਦੇ, ਜਿਹਨਾਂ ਦੀ ਇੱਥੇ ਪ੍ਰੋਪਰ ਡਿਊਟੀ ਲੱਗੀ ਹੋਈ ਹੈ। ਇਨਫੈਕਟ ਮੈਂ ਇੱਕ ਹੋਰ ਇੰਟਰਸਟਿੰਗ ਚੀਜ਼ ਤੁਹਾਨੂੰ ਦੱਸਦਾ ਕਿ ਮੂੰਹ ਦੇ ਉੱਤੇ ਮਾਸਕ ਉਹਨਾਂ ਨੇ ਖੁਦ ਲਗਾਏ ਹੋਏ ਨੇ, ਕਿਉਂਕਿ ਹੰਝੂ ਗੈਸ ਦੇ ਗੋਲੇ ਕਿਸੇ ਵੀ ਸਮੇਂ ਛੱਡੇ ਜਾ ਸਕਦੇ ਨੇ ਜੇਕਰ ਪ੍ਰਦਰਸ਼ਨਕਾਰੀ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ। ਇਨਫੈਕਟ ਉਹ ਆਲਰੇਡੀ ਬਹੁਤ ਵਾਰੀ ਰਿਹਰਸਲ ਇਸ ਚੀਜ਼ ਦੀ ਕਰ ਚੁੱਕੇ ਨੇ, ਕੱਲ੍ਹ ਤਾਂ 6-7 ਰਾਊਂਡ ਇੱਕ ਵਾਰੀ ਟੀਅਰ ਗੈਸ ਛੱਡੇ ਗਏ ਸੀ, ਉਸਦੀ ਪੂਰੀ ਤੁਸੀਂ ਕਹਿ ਸਕਦੇ ਹੋ ਕਿ ਪ੍ਰੈਕਟਿਸ ਹੋਈ ਸੀ, ਔਰ ਕਦੇ ਡਰੋਨ ਦੇ ਜ਼ਰੀਏ, ਕਦੇ ਟੀਅਰ ਗੈਸ ਗੰਨ ਦੇ ਜ਼ਰੀਏ, ਕਦੇ ਜਿਹੜੀ ਉੱਥੇ ਵੈਨ ਖੜਾਈ ਗਈ ਹੈ ਉਸਦੇ ਜ਼ਰੀਏ ਵੀ ਜਿਹੜੇ ਇਹ ਟੀਅਰ ਗੈਸ ਛੱਡੀ ਗਈ ਸੀ। ਤਾਂ ਇਸ ਸਮੇਂ ਪ੍ਰਸ਼ਾਸਨ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਖੈਰ ਜੇ ਇੱਥੇ ਤੱਕ ਰੁਕੇ ਵੀ ਰਹਿਣ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਨੂੰ ਹੋਏਗਾ ਕਿ ਕੋਈ ਗੱਲ ਨਹੀਂ, ਤੁਸੀਂ ਇੱਥੇ ਪ੍ਰੋਟੈਸਟ ਕਰਦੇ ਰਹੋ, ਇਸ ਸਲੈਬਾਂ ਦੇ ਉੱਤੇ ਬੈਠੇ ਰਹੋ, ਕੋਈ ਦਿੱਕਤ ਨਹੀਂ। ਇਸ ਤੋਂ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਸਥਿਤੀ ਆ, ਮੈਂ ਕਹਾਂ ਕਿ ਇੱਥੇ ਦੇ ਹਾਲਾਤ ਬਦਲਦੇ ਹੋਏ ਨਜ਼ਰ ਆ ਸਕਦੇ ਨੇ। ਮੈਂ ਦੂਰ ਤੱਕ ਦੇਖ ਰਿਹਾ, ਫਿਲਹਾਲ ਜਿਹੜੀਆਂ ਪਿੱਛੇ ਟਰੈਕਟਰ ਟਰਾਲੀਆਂ ਕੁਝ ਰੁਕੀਆਂ ਹੋਈਆਂ ਨੇ, ਔਰ ਕਿਉਂਕਿ ਸ਼ਾਇਦ ਉਹ ਆਪਣੇ ਬਾਕੀ ਸਾਥੀਆਂ ਦਾ ਇੰਤਜ਼ਾਰ ਕਰ ਰਹੇ ਹੋਣਗੇ ਕਿ ਇੱਥੇ ਉਹ ਪਹੁੰਚਣਗੇ ਔਰ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਏਗੀ। ਤੁਸੀਂ ਲੋਕਲ ਹੋ ਜੀ, ਕਿੱਥੋਂ ਆਏ ਹੋ? ਲੋਕਲ ਹਾਂ ਇੱਥੋਂ ਜੀ। ਜੀ, ਕੀ ਤਿਆਰੀ ਤੁਹਾਨੂੰ ਲੱਗਦੀ ਹੈ ਕਿਸਾਨਾਂ ਦੀ, ਕਿਹੜੀ ਜਥੇਬੰਦੀ ਦੇ ਨਾਲ ਤੁਸੀਂ ਜੁੜੇ ਹੋਏ ਹੋ? ਐਸੇ ਸਿੱਧੂਪੁਰ ਨਾਲੇ ਜੀ, ਤਾਂ ਡੱਲੇਵਾਲ ਜੀ ਦੀ ਜਥੇਬੰਦੀ ਨਾਲ ਕੋਈ ਹੁਕਮ ਹੋਏ ਨੇ ਕਿ ਅੱਗੇ ਵਧਣਾ ਕਿਵੇਂ, ਇੱਥੇ ਰੁਕਣਾ ਕੀ ਕਰਨਾ? ਅਸੀਂ ਪਹਿਲਾਂ ਵੀ ਅੱਗੇ ਵਧੇ ਸੀਗੇ, ਹੁਣ ਵੀ ਅੱਗੇ ਵਧਾਂਗੇ ਜੀ। ਜੀ, ਖੱਟੜ ਸਰਕਾਰ ਜਿੰਨਾ ਮਰਜ਼ੀ ਜ਼ੋਰ ਲਾ ਲੇ, ਅਸੀਂ ਉਹਨੂੰ ਢਾ ਕੇ ਥੱਲੇ ਡੇਕ ਕੇ ਅੱਗੇ ਵਧਾਂਗੇ ਜੀ। ਅਸੀਂ ਦਿੱਲੀ ਜਾਵਾਂਗੇ, ਜਾ ਕੇ ਹਟਾਂਗੇ ਜੀ। ਠੀਕ ਹੈ।
ਤਾਂ ਹੁਣ ਕੋਈ ਜਥੇਬੰਦੀ ਦੇ ਵੱਲੋਂ ਮੈਸੇਜ ਦਿੱਤਾ ਹੋਵੇ, ਤੁਸੀਂ ਕੀ ਕਰਨਾ ਹੁਣ ਇੱਥੇ? ਰੁਕਣਾ ਹੈ, ਖੜਨਾ ਹੈ, ਉਹਨਾਂ ਦਾ ਇੰਤਜ਼ਾਰ ਕਰਨਾ, ਕੀ ਕਰਨਾ? ਹਾਲੇ ਅਸੀਂ ਇੰਤਜ਼ਾਰ ਕਰ ਰਹੇ ਹਾਂ, ਉਹਨੂੰ ਇਕੱਠੇ ਹੋ ਗਏ ਸਾਰੇ ਜੀ, ਫਿਰ ਅੱਗੇ ਚੱਲਾਂਗੇ ਜੀ। ਠੀਕ ਹੈ, ਤਾਂ ਇੰਤਜ਼ਾਰ ਕੀਤਾ ਜਾ ਰਿਹਾ, ਤਾਂ ਸਾਰੇ ਇਕੱਠੇ ਹੋਣਗੇ ਇੱਥੇ, ਅਤੇ ਉਸ ਤੋਂ ਬਾਅਦ ਦੀ ਸਥਿਤੀ ਸਰ ਦੇਖਾਂਗੇ ਕਿ ਕੀ ਬਣਦੀ ਹੈ। ਜਿਹੜੇ ਲੋਕਲ ਲੋਕ ਨੇ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਜਥੇਬੰਦੀਆਂ ਦੇ ਨਾਲ ਜੁੜੇ ਹੋਏ ਨੇ, ਉਹ ਆਲਰੇਡੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ, ਔਰ ਉਹ ਹੌਲੀ ਹੌਲੀ ਕਿਉਂਕਿ ਤੁਹਾਨੂੰ ਯਾਦ ਹੋਏਗਾ ਜਿਵੇਂ ਉੱਥੋਂ ਨਿਕਲੇ ਨੇ, ਪੰਕਜ ਜ਼ਿਕਰ ਕਰ ਰਹੇ ਸੀ ਕਿ ਬਹੁਤ ਕਾਫਿਲਾ ਅੱਗੇ ਵੱਧ ਰਿਹਾ ਕਾਫਿਲਾ, ਤਾਂ ਉਹੀ ਕੁਝ ਸਥਿਤੀ 2020 ਦੇ ਵਿੱਚ ਨਜ਼ਰ ਆ ਰਹੀ ਸੀ ਜਦੋਂ ਕਿਸਾਨਾਂ ਦੇ ਵੱਲੋਂ ਮੂਵਮੈਂਟ ਕੀਤੀ ਜਾ ਰਹੀ ਸੀ, ਅੱਗੇ ਵਧਿਆ ਜਾ ਰਿਹਾ ਸੀ, ਤਾਂ ਸੇਮ ਪਿਕਚਰ ਹੁਣ ਵੀ ਬਣਦੀ ਹੋਈ ਦਿਖ ਰਹੀ ਹੈ। ਹੁਣ ਇੱਥੇ ਕਿੰਨੀ ਤਾਦਾਦ ਦੇ ਵਿੱਚ ਕਿਸਾਨ ਪਹੁੰਚਦੇ ਨੇ, ਕਿੰਨੀਆਂ ਟਰੈਕਟਰ ਟਰਾਲੀਆਂ ਆਉਂਦੀਆਂ ਨੇ, ਕਿਹੜਾ ਇਕਿਉਪਮੈਂਟ ਲੈ ਕੇ ਪਹੁੰਚ ਜਾਂਦੇ ਨੇ, JCB ਜਾਂ ਕੁਝ ਹੋਰ, ਅਤੇ ਅੱਗੇ ਕਿਵੇਂ ਮੂਵ ਕਰਕੇ ਉਹ ਜਾਂਦੇ ਨੇ, ਇੱਥੇ ਰੁਕ ਜਾਂਦੇ ਨੇ, ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਉਮੀਦ ਕਰਦੇ ਹਾਂ ਕਿ ਥੋੜ੍ਹੀ ਦੇਰ ਦੇ ਵਿੱਚ ਆਪਾਂ ਸਾਰਿਆਂ ਨੂੰ ਮਿਲਣੇ ਸ਼ੁਰੂ ਹੋ ਜਾਣਗੇ। ਪਰ ਫਿਲਹਾਲ ਦੀ ਸਥਿਤੀ ਇਸ ਸਮੇਂ ਕੰਟਰੋਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਪਰ ਜਿਹੜੇ ਪ੍ਰਦਰਸ਼ਨਕਾਰੀ ਆ, ਕਿਸਾਨ ਆ, ਉਹਨਾਂ ਦਾ ਪਹੁੰਚਣਾ ਇੱਥੇ ਸ਼ੁਰੂ ਜ਼ਰੂਰ ਹੋਇਆ।